ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਜਗਦੀਪ ਸਿੱਧੂ ਹੋਸਪਿਟਲ ਸਕੈਨ ਸੈਂਟਰ ਰਾਹੋਂ ਤੋਂ। ਅੱਜ ਆਪਾਂ ਗੱਲ ਕਰਨ ਜਾ ਰਹੇ ਨੇ ਔਰਤਾਂ ਦੇ ਵਾਚਪਨ ਬਾਰੇ। ਔਰਤਾਂ ਦੇ ਵਾਚਪਨ ਦਾ ਅੱਜ ਕੱਲ੍ਹ ਜੋ ਪ੍ਰਮੁੱਖ ਕਾਰਨ ਮੰਨਿਆ ਜਾ ਰਿਹਾ, ਜਿਸ ਨੂੰ PCOD ਕਹਿ ਰਹੇ ਨੇ। PCOD, ਜਿਸ ਨੂੰ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਵੀ ਕਿਹਾ ਜਾਂਦਾ ਹੈ, ਜਿਸ ਨੂੰ ਆਮ ਜਨਤਾ ਜਾਂ ਆਮ ਲੋਕ ਆਪਣੀ ਭਾਸ਼ਾ ਵਿੱਚ ਪਾਣੀ ਵਾਲੀਆਂ ਰਸੋਲੀਆਂ ਬੋਲਦੇ ਨੇ। ਇਸ ਦਾ ਟ੍ਰੀਟਮੈਂਟ ਕੁਛ ਦਵਾਈਆਂ ਦੁਆਰਾ ਜਾਂ ਕੁਛ ਇੰਜੈਕਸ਼ਨਾਂ ਦੁਆਰਾ ਜਾਂ ਇਸ ਦਾ ਟ੍ਰੀਟਮੈਂਟ ਸਰਜੀਕਲੀ ਵੀ ਹੋ ਜਾਂਦਾ ਹੈ। ਇਸ ਦਾ ਪ੍ਰਮੁੱਖ ਕਾਰਨ ਹੋਣ ਦਾ ਕੀ ਰੀਜ਼ਨ ਹੈ? ਇਸ ਦਾ ਮੁੱਖ ਕਾਰਨ ਡਾਇਟ ਜਾਂ ਲਾਈਫ ਸਟਾਈਲ ਚੇਂਜਿਸ ਹੋ ਗਏ, ਸਟਰੈਸ ਹੋ ਗਿਆ, ਜਿਹੜਾ ਕਿ ਆਮ ਡੇ ਟੂ ਡੇ ਲਾਈਫ 'ਚ। ਇਸ ਦੇ ਵਿੱਚ ਆਪਾਂ ਬੇਸਿਕਲੀ ਕੀ ਕਰਨਾ ਹੈ, ਆਪਣੀ ਫਿਜ਼ੀਕਲੀ ਐਕਟੀਵਿਟੀਜ਼ ਨੂੰ ਇੰਪਰੂਵ ਕਰਨਾ ਹੈ। ਜ਼ਿਆਦਾਤਰ ਜੋ ਮੋਟਾਪਾ ਆ ਰਿਹਾ ਹੈ, ਮੋਟਾਪੇ ਨੂੰ ਆਪਾਂ ਘਟਾਉਣਾ ਹੈ, ਜੋ ਕਿ ਇਸਦਾ ਬੇਸਿਕਲੀ ਕਾਰਨ ਹੈ। ਹਾਰਮੋਨਲ ਇੰਬੈਲੈਂਸ ਨੂੰ ਟੈਸਟਾਂ ਦੇ ਦੌਰਾਨ ਜੋ ਇੰਬੈਲੈਂਸ ਆ ਰਿਹਾ, ਉਸਨੂੰ ਕਿਓਰ ਕਰਨਾ ਹੈ ਵਿਦ ਮੈਡੀਸਨ ਜਾਂ ਠੀਕ ਹੈ ਡਿਊਰਿੰਗ ਜਾਂ ਵਿਦ ਐਕਸਰਸਾਈਜ਼। PCOD ਦੇ ਵਿੱਚ ਆਪਾਂ ਕੀ ਕਰਨਾ ਹੈ, ਆਪਾਂ ਕੁਛ ਖਾਸ ਦਿਨਾਂ ਦੇ ਵਿੱਚ ਸਕੈਨਿੰਗ ਕਰਵਾਉਣੀ ਹੁੰਦੀ ਹੈ, ਜਿਸ ਨੂੰ ਓਵੂਲੇਸ਼ਨ ਸਟੱਡੀ ਕਹਿੰਦੇ ਆ। ਠੀਕ, ਓਵੂਲੇਸ਼ਨ ਸਟੱਡੀ ਦੇ ਵਿੱਚ ਪ੍ਰੋਪਰਲੀ ਅੰਡੇ ਦਾ ਸਾਈਜ਼, ਅੰਡਾ ਟਾਈਮ 'ਤੇ ਬਣ ਰਿਹਾ ਹੈ, ਜੇ ਟਾਈਮ 'ਤੇ ਬਣ ਰਿਹਾ ਅਤੇ ਉਹਦਾ ਸਾਈਜ਼ ਠੀਕ ਬਣ ਰਿਹਾ ਹੈ, ਠੀਕ ਬਣਨ ਤੋਂ ਬਾਅਦ ਉਹ ਟਾਈਮ 'ਤੇ ਫੁੱਟ ਰਿਹਾ ਹੈ। ਇਸ ਦੇ ਦੌਰਾਨ ਆਪਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਓਵੂਲੇਸ਼ਨ ਸਟੱਡੀ ਬਿਲਕੁਲ ਠੀਕ ਹੈ। ਠੀਕ ਹੈ, ਉਸ ਦੌਰਾਨ ਆਪਾਂ ਪੇਸ਼ੈਂਟ ਨੂੰ ਕੁਛ ਗੱਲਾਂ ਦਾ ਐਡਵਾਈਸ ਕਰਕੇ ਬੱਚਾ ਠਹਿਰਨ ਦੇ ਚਾਂਸਿਸ ਵਧਾ ਦਿੰਦੇ ਨੇ। ਧੰਨਵਾਦ, ਆਪਾਂ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ, ਜਿਸ ਦੇ ਵਿੱਚ ਜੋ ਟੋਪਿਕ ਹੋਏਗਾ, ਜੋ ਡੇ ਟੂ ਡੇ ਲਾਈਫ 'ਚ ਜ਼ਿਆਦਾ ਬਿਮਾਰੀਆਂ ਚੱਲ ਰਹੀਆਂ ਨੇ ਉਹਨਾਂ ਦੇ ਬਾਰੇ ਅਵੇਅਰ ਕੀਤਾ ਜਾਏਗਾ।